ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸਤੰਤਰ ਭਾਰਤ ਦੇ ਵਿੱਚ ਪੰਜਾਬ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ ਪੀਟਪੀਐਸਵੀ ਕਲਰਿਕ ਐਕਸਰਸਾਈਜ਼ ਅਤੇ ਟੈਕਸ ਇਨਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇੱਕ ਕੁਸ਼ਨ ਆ ਜਿਹੜੇ ਤੁਹਾਡੇ ਨਾਲ ਪੰਜਾਬ ਇਨ ਇੰਡੀਪੈਂਡੈਂਟ ਇੰਡੀਆ ਦੇ ਨਾਲ ਰਿਲੇਟਡ ਆ ਠੀਕ ਹੈ ਇਸ ਕਰਕੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਹਦੇ ਵਿੱਚੋਂ ਤੁਹਾਨੂੰ ਦੋ ਜਾਂ ਤਿੰਨ ਕੁਐਸਚਨ ਮਿਲ ਜਾਣੇ ਆ ਹੋ ਸਕਦਾ ਤੁਹਾਨੂੰ 5 6 ਨੰਬਰ ਦਾ ਪੇਪਰ ਵੀ ਇਸ ਦੇ ਵਿੱਚੋਂ ਆ ਜਾਣਾ ਹਾਂਜੀ ਹੁਣ ਅਸੀਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਇਹ ਜੋ ਕੁਐਸ਼ਨ ਆ ਜ਼ਿਆਦਾਤਰ ਸਟੂਡੈਂਟਸ ਨੇ ਪੜ੍ਹੇ ਹੀ ਹੋਣਗੇ ਤੇ ਇੰਨਾ ਵੀ ਸੀ ਇਹਦੇ ਵਿੱਚ ਕੁਝ ਖਾਸ ਨਹੀਂਗਾ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਆ ਤੇ ਈਜ਼ੀ ਵੀ ਆ ਸੋ ਐਜ਼ ਅ ਟੈਸਟ ਮੰਨ ਕੇ ਹੀ ਚੱਲਣਾ ਹਰੇਕ ਕੁਐਸ਼ਨ ਨੂੰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦਵਾਂਗੀ 3 ਸੈਕਿੰਡ ਦੇ ਵਿੱਚ ਤੁਸੀਂ ਆਪਣਾ ਕੁਐਸ਼ਨ ਅਟੈਂਪਟ ਕਰਨਾ ਤੇ ਉਸ ਤੋਂ ਬਾਅਦ ਮੇਰੇ ਨਾਲ ਟੈਲੀ ਕਰਦੇ ਜਾਣਾ ਤੇ ਬਾਅਦ ਵਿੱਚ ਲਾਸਟ ਤੇ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ ਟੋਟਲ 40 ਪਲੱਸ ਕੁਐਸ਼ਨ ਇਸ ਵੀਡੀਓ ਦੇ ਵਿੱਚ ਆ ਤੇ ਕਿੰਨਿਆਂ ਦੇ ਵਿੱਚੋਂ ਕਿੰਨੇ ਸਹੀ ਗਏ ਇਹ ਤੁਸੀਂ ਦੱਸੋਗੇ ਤਾਂ ਹਾਂਜੀ ਕੁਐਸ਼ਨ ਨੰਬਰ 1 ਪੰਜਾਬ ਦੀ ਵੰਡ ਸੰਬੰਧੀ ਹੱਦਬੰਦੀ ਫੈਸਲਾ ਦਾ ਕੀ ਨਾਮ ਸੀ ਹਾਂਜੀ ਪੰਜਾਬ ਦੀ ਵੰਡ ਸੰਬੰਧੀ ਹੱਦਬੰਦੀ ਫੈਸਲਾ ਸੀ ਜਿਹੜਾ ਉਸ ਦਾ ਨਾਮ ਕੀ ਸੀ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਠੀਕ ਹੈ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਰੈਡ ਕਲੀਫ ਅਵਾਰਡ ਪੰਜਾਬ ਦੀ ਵੰਡ ਸੰਬੰਧੀ ਜਿਹੜਾ ਹੱਦਬੰਦੀ ਫੈਸਲਾ ਸੀ ਉਸ ਦਾ ਨਾਮ ਸੀ ਰੈਡ ਕਲੀਫ ਅਵਾਰਡ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਵੰਡ ਤੋਂ ਬਾਅਦ ਸੰਯੁਕਤ ਪੰਜਾਬ ਦੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਪਾਕਿਸਤਾਨ ਦੇ ਹਿੱਸੇ ਆਇਆ ਸੀ ਹਾਂਜੀ ਵੰਡ ਤੋਂ ਬਾਅਦ ਸੰਯੁਕਤ ਪੰਜਾਬ ਦੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹਿੱਸਾ ਵਾ ਜਿਹੜਾ ਪਾਕਿਸਤਾਨ ਦੇ ਹਿੱਸੇ ਆਇਆ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਵੀ 62% ਪੰਜਾਬ ਦਾ ਜਿਹੜਾ ਹਾਂਜੀ ਖੇਤਰਫਲ ਆ 62% ਆ ਜਿਹੜਾ ਵੰਡ ਤੋਂ ਬਾਅਦ ਪਾਕਿਸਤਾਨ ਦੇ ਕੋਲ ਚਲਿਆ ਗਿਆ ਸੀ ਨੈਕਸਟ ਕੁਐਸਚਨ ਹੈ ਜੀ ਵੰਡ ਤੋਂ ਬਾਅਦ ਸੰਯੁਕਤ ਪੰਜਾਬ ਦੇ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਪੰਜਾਬ ਦੇ ਹਿੱਸੇ ਆਇਆ ਸੀ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਟੋਟਲ ਕਿੰਨੇ ਕੋਲ ਪਰਸੈਂਟੇਜ 100 ਪਰਸੈਂਟੇਜ ਹੁੰਦੀ ਹੈ ਉਹਦੇ ਵਿੱਚੋਂ ਜੇ 62 ਪਾਕਿਸਤਾਨ ਕੋਲ ਚਲਿਆ ਗਿਆ ਤਾਂ ਪੰਜਾਬ ਕੋਲ ਕਿੰਨਾ ਰਹਿ ਗਿਆ ਤਾਂ ਪੰਜਾਬ ਕੋਲ ਆਬਵੀਅਸ 38 ਰਹਿ ਗਿਆ ਆਪਸ਼ਨ ਨੰਬਰ ਡੀ ਇਸ ਕੁਸ਼ਚਨ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਵੰਡ ਤੋਂ ਬਾਅਦ ਸੰਯੁਕਤ ਪੰਜਾਬ ਦਾ ਕੋਲ 38% ਹਿੱਸਾ ਵਾ ਜਿਹੜਾ ਇਹ ਪੰਜਾਬ ਦੇ ਹਿੱਸੇ ਆਇਆ ਸੀ ਨੈਕਸਟ ਕੁਸ਼ਚਨ ਖੇਤਰੀ ਫਾਰਮੂਲਾ ਕਦੋਂ ਹੋਂਦ ਵਿੱਚ ਆਇਆ ਹਾਂਜੀ ਖੇਤਰੀ ਫਾਰਮੂਲਾ ਹੋਂਦ ਦੇ ਵਿੱਚ ਆਇਆ 1957 ਈਸਵੀ ਦੇ ਵਿੱਚ ਖੇਤਰੀ ਫਾਰਮੂਲਾ 1957 ਈਸਵੀ ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਪੰਜਾਬੀ ਸੂਬੇ ਦਾ ਗਠਨ ਕਿਹੜੇ ਕਮਿਸ਼ਨ ਅਧੀਨ ਹੋਇਆ ਪੰਜਾਬੀ ਸੂਬੇ ਦਾ ਗਠਨ ਸਾਹ ਕਮਿਸ਼ਨ ਦੇ ਅਧੀਨ ਹੋਇਆ ਸੀ ਵੈਰੀ ਇੰਪੋਰਟੈਂਟ ਕੁਐਸ਼ਨ ਹੈ ਜੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਆ ਨੈਕਸਟ ਕੁਐਸ਼ਨ ਵੰਡ ਤੋਂ ਬਾਅਦ ਪੰਜਾਬ ਪਾਕਿਸਤਾਨ ਦਾ ਕੁੱਲ ਖੇਤਰਫਲ ਕਿੰਨਾ ਸੀ ਹਾਂਜੀ ਵੰਡ ਤੋਂ ਬਾਅਦ ਪੰਜਾਬ ਆ ਜਿਹੜਾ ਉਹ ਪਾਕਿਸਤਾਨ ਦਾ ਕੁੱਲ ਕਿੰਨਾ ਖੇਤਰਫਲ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ 64580 ਵਰਗ ਮੀਲ ਦਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਪੰਜਾਬ ਦੀ ਵੰਡ 1947 ਕਿਹੜੀ ਯੋਜਨਾ ਤਹਿਤ ਹੋਈ ਸੀ ਹਾਂਜੀ ਜਿਹੜੀ ਪੰਜਾਬ ਦੀ ਵੰਡ ਹੋਈ ਸੀ 1947 ਦੇ ਵਿੱਚ ਉਹ ਕਿਹੜੀ ਯੋਜਨਾ ਦੇ ਤਹਿਤ ਹੋਈ ਸੀ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ A ਮਾਉਂਟ ਵੈਟਰਨ ਯੋਜਨਾ ਦੇ ਤਹਿਤ ਹੋਈ ਸੀ ਨੈਕਸਟ ਕੁਐਸ਼ਨ ਪੂਰਵੀ ਤੇ ਪਛਵੀ ਪੰਜਾਬ ਦੀ ਹੱਦਬੰਦੀ ਸੰਬੰਧੀ ਕਮਿਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਪੂਰਵੀ ਤੇ ਪਛਵੀ ਪੰਜਾਬ ਦੀ ਹੱਦਬੰਦੀ ਸੰਬੰਧੀ ਜਿਹੜੀ ਕਮਿਸ਼ਨ ਦੀ ਪ੍ਰਧਾਨਗੀ ਆ ਉਹ ਸਰ ਰੈਡਕਲੀਫ ਨੇ ਕੀਤੀ ਸੀ ਠੀਕ ਹੈ অপশন নাম্বার বি ਇਸ a D is a right answer ਸਰ ਰੈਡਕਲ ਲੀਫ ਨੇ ਪੂਰਬੀ ਤੇ ਪੱਛਮੀ ਪੰਜਾਬ ਦੀ ਹੱਦਬੰਦੀ ਸੰਬੰਧੀ ਕਮਿਸ਼ਨ ਦੀ ਪ੍ਰਧਾਨਗੀ ਕੀਤੀ ਸੀ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਵੰਡ ਤੋਂ ਬਾਅਦ ਪੂਰਬੀ ਪੰਜਾਬ ਦਾ ਖੇਤਰਫਲ ਕਿੰਨਾ ਸੀ ਹਾਂਜੀ ਪੂਰਬੀ ਪੰਜਾਬ ਜਾਨੀ ਕਿ ਭਾਰਤ ਦਾ ਖੇਤਰਫਲ ਵੰਡ ਤੋਂ ਬਾਅਦ ਕਿੰਨਾ ਸੀਗਾ ਪੂਰਬੀ ਪੰਜਾਬ ਦਾ ਖੇਤਰਫਲ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ 37428 ਵਰਗ ਮੀਲ ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ ਪੰਜਾਬ ਦੀ ਵੰਡ ਸਮੇਂ ਭਾਰਤ ਦਾ ਵਾਇਸ ਰਾਏ ਕੌਣ ਸੀ ਪੰਜਾਬ ਦੀ ਵੰਡ ਸਮੇਂ ਭਾਰਤ ਦਾ ਵਾਇਸ ਰਾਏ ਸੀ ਲਾਰਡ ਮਾਉਂਟ ਵੈਟਨ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਤੇ ਬਹੁਤ ਜਿਆਦਾ ਇੰਪੋਰਟੈਂਟ ਕੁਐਸ਼ਨ ਆ ਇਹ ਕਿ ਵੰਡ ਦੇ ਸਮੇਂ ਭਾਰਤ ਦੇ ਵਾਇਸ ਰਾਏ ਲਾਰਡ ਮਾਉਂਟ ਵੈਟਨ ਸੀ ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ ਪੰਜਾਬ ਦੀ ਵੰਡ ਤੋਂ ਬਾਅਦ ਸਰਨਾਰਥੀਆਂ ਲਈ ਸਭ ਤੋਂ ਵੱਡਾ ਸਰਨਾਰਥੀ ਕੈਂਪ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਪੰਜਾਬ ਦੀ ਵੰਡ ਤੋਂ ਬਾਅਦ ਸਰਨਾਰਥੀਆਂ ਦੇ ਲਈ ਸਭ ਤੋਂ ਵੱਡਾ ਸਰਨਾਰਥੀ ਕੈਂਪ ਸਥਾਪਿਤ ਕੀਤਾ ਗਿਆ ਸੀ ਕੁਰੂਕ ਖੇਤਰ ਦੇ ਵਿੱਚ অপਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਪੰਜਾਬ ਦੀ ਵੰਡ ਸਮੇਂ ਸਰਨਾਰਥੀਆਂ ਦੇ ਪੁਨਰਵਾਸ ਦਾ ਪ੍ਰਬੰਧ ਕਿਸ ਅਧੀਨ ਸੀ ਹਾਂਜੀ ਪੰਜਾਬ ਦੀ ਵੰਡ ਸਮੇਂ ਸਰਨਾਰਥੀਆਂ ਦੇ ਪੁਨਰਵਾਸ ਦਾ ਪ੍ਰਬੰਧ ਜਿਹੜਾ ਸੀ ਉਹ ਕਿਸ ਦੇ ਅਧੀਨ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਕੇਂਦਰ ਸਰਕਾਰ ਦੇ ਅਧੀਨ ਸੀ ਨੈਕਸਟ ਕੁਐਸਚਨ ਕਰਦੇ ਹਾਂ ਜੀ ਵੰਡ ਤੋਂ ਬਾਅਦ ਪੂਰਬੀ ਪੰਜਾਬ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ ਹਾਂਜੀ ਵੰਡ ਤੋਂ ਬਾਅਦ ਪੂਰਬੀ ਪੰਜਾਬ ਦੀ ਰਾਜਧਾਨੀ ਅੰਮ੍ਰਿਤਸਰ ਸ਼ਿਮਲਾ ਨੂੰ ਬਣਾਇਆ ਗਿਆ ਸੀ অপশন নাম্বার বি ਇਸ কোশ্চেন ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਕਰਦੇ ਆ ਜੀ ਸੁਤੰਤਰ ਪੰਜਾਬ ਯੋਜਨਾ ਕਿਸ ਨੇ ਪੇਸ਼ ਕੀਤੀ ਸੀ ਹਾਂਜੀ ਸੁਤੰਤਰ ਪੰਜਾਬ ਯੋਜਨਾ ਪੇਸ਼ ਕੀਤੀ ਸੀ ਮਾਸਟਰ ਤਾਰਾ ਸਿੰਘ ਨੇ অপশন ਨੰਬਰ ਏ ਇਸ কোশ্চেন ਦਾ রাইਟ ਆਨਸਰ ਆ ਨੈਕਸਟ ਕੁਐਸ਼ਨ ਪੰਜਾਬੀ ਸੂਬੇ ਦੀ ਹੱਦਬੰਦੀ ਲਈ ਕਿਹੜਾ ਕਮਿਸ਼ਨ ਬਣਾਇਆ ਗਿਆ ਹਾਂਜੀ ਪੰਜਾਬੀ ਸੂਬੇ ਦੀ ਹੱਦਬੰਦੀ ਦੇ ਲਈ ਸਾ ਕਮਿਸ਼ਨ ਬਣਾਇਆ ਗਿਆ ਸੀ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਜੀ ਪੰਜਾਬ ਦੀ ਆਖਰੀ ਵੰਡ ਕਦੋਂ ਹੋ ਕੀਤੀ ਗਈ ਹਾਂਜੀ ਪੰਜਾਬ ਦੀ ਆਖਰੀ ਵੰਡ ਕਦੋਂ ਕੀਤੀ ਗਈ ਸੀ 1966 ਇਸਵੀ ਦੇ ਵਿੱਚ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਪੰਜਾਬੀ ਸੂਬੇ ਦੀ ਮੰਗ ਦਾ ਵਿਰੋਧੀ ਕਿਸ ਨੇ ਕੀਤਾ ਸੀ हां जी पंजाबी ਸੂਬੇ ਦੀ ਜਿਹੜੀ ਮੰਗ ਆ ਉਸ ਦਾ ਵਿਰੋਧ ਕਿਸ ਨੇ ਕੀਤਾ ਸੀ? ਤਾਂ ਉਸ ਦਾ ਵਿਰੋਧ ਕੀਤਾ ਸੀ ਆਰੀਆ ਸਮਾਜ ਨੇ। ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ। ਨੈਕਸਟ ਕੁਐਸ਼ਨ। ਪੰਜਾਬੀ ਸੂਬੇ ਵਿੱਚ ਕਿਹੜੇ ਇਲਾਕੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ? ਤਾਂ ਹਾਂ ਜੀ ਪੰਜਾਬੀ ਸੂਬੇ ਸੌਰੀ ਪੰਜਾਬੀ ਸੂਬੇ ਦੇ ਵਿੱਚ ਚੰਡੀਗੜ੍ਹ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ। ਨੈਕਸਟ ਕੁਐਸ਼ਨ ਕਰਦੇ ਹਾਂ ਜੀ। ਪੰਜਾਬੀ ਸੂਬੇ ਦਾ ਖੇਤਰਫਲ ਕਿੰਨਾ ਸੀ ਹਾਂਜੀ ਪੰਜਾਬੀ ਸੂਬੇ ਦਾ ਖੇਤਰਫਲ 20254 ਵਰਗ ਮੀਲ ਠੀਕ ਹੈ ਪੰਜਾਬੀ ਸੂਬੇ ਦਾ ਖੇਤਰਫਲ 20254 ਵਰਗ ਮੀਲ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਪੰਜਾਬੀ ਸੂਬੇ ਦਾ ਕੱਟੜ ਵਿਰੋਧੀ ਕੌਣ ਸੀ ਹਾਂਜੀ ਪੰਜਾਬੀ ਸੂਬੇ ਦੇ ਕੱਟੜ ਵਿਰੋਧੀ ਸੀ ਪ੍ਰਤਾਪ ਸਿੰਘ ਕੈਰੋ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਪਹਿਲੀ ਪੰਜਾਬੀ ਸੂਬਾ ਕਾਨਫਰੰਸ ਕਦੋਂ ਹੋਈ हां जी ਪਹਿਲੀ ਜਿਹੜੀ ਪੰਜਾਬੀ ਸੂਬਾ ਕਾਨਫਰੰਸ ਹੋਈ ਸੀ ਉਹ ਕਦੋਂ ਹੋਈ ਸੀ 1958 ਦੇ ਵਿੱਚ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਪੰਜਾਬ ਰਾਜ ਪੁਨਰਗਠਨ ਐਕਟ ਕਦੋਂ ਪਾਸ ਕੀਤਾ ਗਿਆ ਹਾਂਜੀ ਪੰਜਾਬ ਰਾਜ ਪੁਨਰਗਠਨ ਐਕਟ ਪਾਸ ਕੀਤਾ ਗਿਆ 1968 ਈਸਵੀ ਦੇ ਵਿੱਚ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਹਾਂਜੀ ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾਂ ਕੀਤੀ ਸੀ ਮਾਸਟਰ ਤਾਰਾ ਸਿੰਘ ਨੇ ਆਪਸ਼ਨ ਨੰਬਰ A ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹੈ ਜੀ ਪੰਜਾਬੀ ਸੂਬੇ ਦੀ ਮੰਗ ਪਹਿਲੀ ਵਾਰ ਕਦੋਂ ਕੀਤੀ ਗਈ ਸੀ ਹਾਂਜੀ ਪੰਜਾਬੀ ਸੂਬੇ ਦੀ ਪਹਿਲ ਮੰਗ ਆ ਜਿਹੜੀ ਉਹ ਪਹਿਲੀ ਵਾਰ ਕੀਤੀ ਗਈ ਸੀ 1949 ਈਸਵੀ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਪਹਿਲੀ ਵਾਰ ਸਤੰਤਰ ਪੰਜਾਬ ਦੀ ਮੰਗ ਕਦੋਂ ਕੀਤੀ ਗਈ ਹਾਂਜੀ ਸੁਤੰਤਰ ਪੰਜਾਬ ਦੀ ਮੰਗ ਆ ਜਿਹੜੀ ਪਹਿਲੀ ਵਾਰ ਕੀਤੀ ਗਈ ਸੀ 1943 ਈਸਵੀ ਦੇ ਵਿੱਚ ਆਪਸ਼ਨ ਨੰਬਰ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਪਹਿਲੀ ਵਾਰ ਇਸ ਸੁਤੰਤਰ ਪੰਜਾਬ ਦੀ ਮੰਗ ਕਿਸ ਨੇ ਕੀਤੀ ਸੀ ਹਾਂਜੀ ਪਹਿਲੀ ਵਾਰ ਸੁਤੰਤਰ ਰਾਜ ਦੀ ਸੌਰੀ ਸੁਤੰਤਰ ਪੰਜਾਬ ਦੀ ਜਿਹੜੀ ਮੰਗ ਆ ਉਹ ਕੀਤੀ ਸੀਗੀ ਆਪਸ਼ਨ ਨੰਬਰ ਇਸ ਕੁਐਸ਼ਨ ਦਾ ਏ ਰਾਈਟ ਆਨਸਰ ਆ ਅਕਾਲੀ ਦਲ ਨੇ ਠੀਕ ਹੈ ਤੇ ਕਦੋਂ ਕੀਤੀ ਸੀਗੀ ਉਹ ਮੈਂ ਰੀਸੈਂਟਲੀ ਤੁਹਾਨੂੰ ਦੱਸ ਚੁੱਕੀ ਆ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ ਕਦੋਂ ਕੀਤੀ ਗਈ ਸੀ 1943 ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਸਿਕੰਦਰ ਬਲਦੇਵ ਸਮਝੌਤਾ ਕਦੋਂ ਹੋਇਆ ਹਾਂ ਜੀ ਸਿਕੰਦਰ ਬਲਦੇਵ ਸਮਝੌਤਾ ਹੋਇਆ ਸੀ ਤੇ ਕਦੋਂ ਹੋਇਆ 1942 ਈਸਵੀ ਦੇ ਵਿੱਚ ਹੋਇਆ ਸੀ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਸਭ ਤੋਂ ਪਹਿਲਾਂ ਸਵੰਤਰ ਖਾਲਸਾ ਰਾਜ ਦੀ ਮੰਗ ਕਿਸ ਨੇ ਕੀਤੀ ਸੀ ਹਾਂਜੀ ਸਭ ਤੋਂ ਪਹਿਲਾਂ ਸਵਤੰਤਰ ਖਾਲਸਾ ਰਾਜ ਦੀ ਮੰਗ ਕੀਤੀ ਸੀ ਬਾਬਾ ਗੁਰਦਿੱਤ ਸਿੰਘ ਨੇ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਪੈਪਸੂ ਰਾਜ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਹਾਂਜੀ ਪੈਪਸੂ ਰਾਜ ਦੀ ਸਥਾਪਨਾ ਕੀਤੀ ਗਈ ਸੀ 1948 ਦੇ ਵਿੱਚ ਸਥਾਪਨਾ ਪੁੱਛਿਆ ਹੋਇਆ ਹੈ ਠੀਕ ਹੈ ਤੇ ਜਿਆਤਰ ਕੁਐਸਚਨ ਆ ਜਿਹੜਾ ਉਹ ਪੇਪਰ ਦੇ ਵਿੱਚ ਆਉਂਦਾ ਹੁੰਦਾ ਕਿ ਪੈਪਸੂ ਨੂੰ ਰਾਜ ਪੰਜਾਬ ਦੇ ਵਿੱਚ ਕਦੋਂ ਮਨਾਇਆ ਮਿਲਾਇਆ ਗਿਆ ਸੀ ਠੀਕ ਹੈ ਉਹ ਕੁਐਸਚਨ ਅਸੀਂ ਅੱਗੇ ਦੀ ਅੱਗੇ ਕਰਾਂਗੇ ਸਾਰੇ ਕੁਐਸਚਨ ਮੈਂ ਐਡ ਕੀਤੇ ਹੋਏ ਆ ਜਿਹੜੇ ਪੁੱਛੇ ਜਾਂਦੇ ਐ ਐਗਜ਼ਾਮ ਦੇ ਵਿੱਚ ਹਾਂਜੀ ਪੈਪਸੂ ਰਾਜ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1948 ਦੇ ਵਿੱਚ ਸਥਾਪਨਾ ਹੋਈ ਸੀ ਪੈਪਸੂ ਰਾਜ ਦਾ ਪਹਿਲਾ ਪ੍ਰਧਾਨ ਕੌਣ ਬਣਾਤਾ ਸੀ ਫਿਰ 1948 ਦੇ ਵਿੱਚ ਇਸ ਦੀ ਸਥਾਪਨਾ ਕਰਕੇ ਇਸ ਦੇ ਪਹਿਲੇ ਪ੍ਰਧਾਨ ਬਣਾ ਦਿੱਤੇ ਗਏ ਸੀ ਮਹਾਰਾਜਾ ਜਦਵਿੰਦਰ ਸਿੰਘ ਆਪਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਹੈ ਜੀ ਪੈਪਸੂ ਰਾਜ ਦੀ ਰਾਜਧਾਨੀ ਕਿਹੜੀ ਸੀ ਵੈਰੀ ਇੰਪੋਰਟੈਂਟ ਤੇ ਮੈਂ ਵਾਰ-ਵਾਰ ਤੁਹਾਨੂੰ ਕਰਵਾ ਚੁੱਕੀਆਂ ਉਮੀਦ ਕਰਦੀ ਹਾਂ ਕਿ ਇਸ ਨੂੰ ਤੁਸੀਂ ਖੁਦ ਅਟੈਂਪਟ ਕਰੋਗੇ ਪੈਪਸੂ ਰਾਜ ਦੀ ਰਾਜਧਾਨੀ ਸੀ ਪਟਿਆਲਾ ਆਪਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਨੈਕਸਟ ਕੁਐਸ਼ਨ ਐਜ਼ੀ ਪੈਪਸੂਰਾਜ ਦਾ ਕੁੱਲ ਖੇਤਰਫਲ ਕਿੰਨਾ ਸੀ ਹਾਂਜੀ ਪੈਪਸੂਰਾਜ ਦਾ ਕੁੱਲ ਖੇਤਰਫਲ ਸੀ 26000 22 ਕਿਲੋਮੀਟਰ অপশন নাম্বার বি ਇਸ কোশ্চেন ਦਾ রাইট आंसर ਹੈ ঠিক ਹੈ नेक्स्ट क्वेश्चन ਕਰਦੇ ਹਾਂ ਜੀ ਅਸੀਂ ਪੈਪਸੋ ਰਾਜ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਸੀ हां जी ਪੈਪਸੋ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਸੀ 1953 ਇਸਵੀ ਦੇ ਵਿੱਚ অপশন নাম্বার ਸੀ ਇਸ রাইট आंसर नेक्स्ट क्वेश्चन ਕਰਦੇ ਹਾਂ ਜੀ ਅਸੀਂ ਪੈਪਸੂ ਰਾਜ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਪੈਪਸੂ ਰਾਜ ਦੇ ਪਹਿਲੇ ਮੁੱਖ ਮੰਤਰੀ ਸਨ ਸੁੰਦਰ ਸਿੰਘ ਮਜ਼ੀਠੀਆ ਆਪਸ਼ਨ ਨੰਬਰਸ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਹਾਂਜੀ ਸੁੰਦਰ ਸਿੰਘ ਮਜ਼ੀਠੀਆ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਭਾਰਤ ਵੱਲੋਂ ਪੈਪਸੂ ਨੂੰ ਰਾਜ ਦਾ ਦਰਜਾ ਕਦੋਂ ਦਿੱਤਾ ਗਿਆ ਸੀ हां जी भारत ਵਜੋਂ ਪੈਪਸੋ ਨੂੰ ਰਾਜ ਦਾ ਦਰਜਾ ਦਿੱਤਾ ਗਿਆ ਸੀ 1950 ਦੇ ਵਿੱਚ 1948 ਦੇ ਵਿੱਚ ਤਾਂ ਪੈਪਸੋ ਦੀ ਸਥਾਪਨਾ ਹੋਈ ਸੀ ਤੇ 1950 ਦੇ ਵਿੱਚ ਇਹਨੂੰ ਰਾਜ ਦਾ ਦਰਜਾ ਮਿਲਿਆ ਸੀ ਪੈਪਸੋ ਸਟੇਟ ਦਾ ਦਰਜਾ ਮਿਲਿਆ ਸੀ ਠੀਕ ਹੈ ਹਾਂ ਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਪੈਪਸੂ ਰਾਜ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਸਨ ਹਾਂ ਜੀ ਜਿੱਦਾਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸ ਦਿੱਤੇ ਦੱਸਦੀ ਹੁੰਨੀ ਆ ਕਿ ਪੈਪਸੂ ਰਾਜ ਦੇ ਵਿੱਚ ਟੋਟਲ 8 ਜ਼ਿਲ੍ਹੇ ਸਨ ਤੇ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜੇ ਕਿ ਕਿਹੜੇ ਰਾਜ ਨੂੰ ਪੈਪਸੂ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਤਾਂ ਉਹ ਗੁਰਦਾਸਪੁਰ ਹੋਵੇਗਾ ਕਿਉਂਕਿ ਇਹ ਕੁਐਸਚਨ ਬਹੁਤ ਜ਼ਿਆਦਾ ਵਾਰ ਆ ਚੁੱਕਿਆ ਹੈ ਹੋ ਸਕਦਾ ਅੱਗੇ ਤੁਹਾਨੂੰ ਮਿਲੇ ਵਾਸਤੇ ਮੈਂ ਐਡ ਕੀਤੇ ਆ ਜਿਹੜੇ ਕੁਐਸਚਨ ਆ ਪਰ ਮੈਨੂੰ ਯਾਦ ਨਹੀਂਗਾ ਹੁਣ ਇਹ ਕੀਤਾ ਕਿ ਨਹੀਂ ਪਰ ਇਹ ਇੰਪੋਰਟੈਂਟ ਆ ਕਿ ਪੈਪਸੂ ਰਾਜ ਨੂੰ ਪੈਪਸੂ ਦੇ ਵਿੱਚ ਕਿਹੜੇ ਰਾਜ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਜਾਂ ਕਿਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਇਸ ਤਰ੍ਹਾਂ ਦਾ ਕੋਈ ਕੁਐਸਚਨ ਹੋਵੇਗਾ ਠੀਕ ਹੈ ਤੇ ਤੁਸੀਂ ਉਹ ਗੁਰਦਾਸਪੁਰ ਲਿਖੋਗੇ ਉਹਦਾ ਆਨਸਰ ਜਾਂ ਕਿਹੜਾ ਜ਼ਿਲ੍ਹਾ ਨਹੀਂ ਬਣਾਇਆ ਗਿਆ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਜੀ 8 ਜ਼ਿਲ੍ਹੇ ਸਨ ਪੈਪਸੂ ਦੇ ਤੇ ਪੈਪਸੂ ਰਾਜ ਵਿੱਚ ਕਿਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਹਾਂਜੀ ਕੁਐਸਚਨ ਹੈ ਤੁਹਾਡੇ ਕੋਲ ਅੱਗੇ ਸੀ ਤਾਂ ਪੈਪਸੂ ਰਾਜ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਗੁਰਦਾਸਪੁਰ ਨੂੰ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਪੈਪਸੂ ਨੂੰ ਪੰਜਾਬ ਵਿੱਚ ਕਦੋਂ ਮਿਲਾਇਆ ਗਿਆ ਸੀ ਹਾਂਜੀ ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ ਸੀਗਾ ਵੈਰੀ ਇੰਪੋਰਟੈਂਟ ਕੁਐਸਚਨ ਤੇ ਕਦੋਂ ਮਿਲਾਇਆ ਗਿਆ ਸੀਗਾ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ 1956 ਦੇ ਵਿੱਚ 1956 ਈਸਵੀ ਦੇ ਵਿੱਚ ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ ਸੀ ਠੀਕ ਹੈ 1948 ਦੇ ਵਿੱਚ ਪੈਪਸੂ ਰਾਜ ਦੀ ਸਥਾਪਨਾ ਹੋਈ ਸੀ ਤੇ 1950 ਦੇ ਵਿੱਚ ਇਹਨੂੰ ਰਾਜ ਦਾ ਦਰਜਾ ਮਿਲਿਆ ਸੀ ਪੈਪਸੂ ਨੂੰ ਤੇ 1956 ਦੇ ਵਿੱਚ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ ਨੈਕਸਟ ਕੁਐਸ਼ਨ ਪੈਪਸੂ ਰਾਜ ਵਿੱਚ ਕੁੱਲ ਕਿੰਨੀਆਂ ਰਿਆਸਤਾਂ ਸਨ ਪੈਪਸੂ ਰਾਜ ਦੀਆਂ ਚਾਹੇ ਰਿਆਸਤਾਂ ਪੁੱਛ ਲੈਣ ਚਾਹੇ ਜ਼ਿਲ੍ਹੇ ਪੁੱਛ ਲੈਣ ਗਲਤ ਅਸੇਮ ਹੀ ਆ ਠੀਕ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ 8 ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਖੇਤਰੀ ਫਾਰਮੂਲਾ ਕਿਸ ਨਾਲ ਸੰਬੰਧਿਤ ਹੈ ਹਾਂਜੀ ਖੇਤਰੀ ਫਾਰਮੂਲਾ ਕਿਸ ਨਾਲ ਸੰਬੰਧਿਤ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਭਾਸ਼ਾ ਦੇ ਨਾਲ ਸੰਬੰਧਿਤ ਹੈ ਨੈਕਸਟ ਕੁਐਸ਼ਨ ਕਰਦੇ ਆਂ ਜੀ ਅਸੀਂ ਪੰਜਾਬੀ ਸੂਬਾ ਕਦੋਂ ਹੋਂਦ ਵਿੱਚ ਆਇਆ ਹਾਂਜੀ ਪੰਜਾਬੀ ਸੂਬਾ ਹੋਂਦ ਦੇ ਵਿੱਚ ਆਇਆ ਸੀ 1966 ਈਸਵੀ ਦੇ ਵਿੱਚ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਪੰਜਾਬੀ ਸੂਬੇ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਪੰਜਾਬੀ ਸੂਬੇ ਦਾ ਪਿਤਾਮਾ ਕਿਹਾ ਜਾਂਦਾ ਹੈ ਮਾਸਟਰ ਤਾਰਾ ਸਿੰਘ ਨੂੰ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਕਰਦੇ ਆਂ ਜੀ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਸੂਬੇ ਦਾ ਸੁਝਾਅ ਕਿਸ ਨੇ ਦਿੱਤਾ ਸੀ ਹਾਂਜੀ ਸਭ ਤੋਂ ਪਹਿਲਾਂ ਪੰਜਾਬੀ ਸੂਬੇ ਦਾ ਸੁਝਾਅ ਦਿੱਤਾ ਸੀ ਡਾਕਟਰ ਬੀ ਆਰ ਅੰਬੇਦਕਰ ਨੇ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ ਤੇ ਜਿਹੜੇ ਵੀ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਆ ਕਿ ਜਿੰਨਾ ਹੋ ਸਕੇ ਜਿਹੜੇ ਵੀ ਸਟੂਡੈਂਟ ਐਫਸੀਆਈ ਜਾਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਚਾਹੇ ਨੈਬ ਤਹਿਸੀਲਦਾਰ ਹੋਵੇ ਜਾਂ ਫਿਰ ਪੀਪੀਐਸਸੀ ਇਨਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਤਾਂ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਵੱਧ ਤੋਂ ਵੱਧ ਮੇਰਾ ਚੈਨਲ ਸ਼ੇਅਰ ਕੀਤਾ ਜਾਵੇ ਤਾਂ ਜੋ ਵੀ ਆਪਣਾ ਪੜ੍ਹ ਕੇ ਪੇਪਰ ਦੇ ਸਕਣ ਧੰਨਵਾਦ ਜੀ